హల్లెలూయా హల్లెలూయా సారీ ఎక్లీసియా ਨੂੰ ਮੇਰੇ ਵੱਲੋਂ ਜੈਮਸੀ ਦੀ ਔਰ ਜਿਨ੍ਹਾਂ ਭੈਣਾ ਭਰਾਵਾਂ ਨੇ ਦਵਾਈ ਲਿਖਾਈ ਆ ਪਲੀਜ਼ ਉਹ ਜਲਦੀ ਅੱਗੇ ਆ ਜਾਣਗੇ ਸਿਸਟਰ ਸਰਬਜੀਤ ਪਹਾੜੀ ਵੱਲੋਂ ਸਰਬਜੀਤ ਕਪੂਰਥਲੇ ਤੋਂ ਇਸ ਸਿਸਟਰ ਜੀ ਆਪਣੇ ਬੇਟੇ ਦੀ ਗਵਾਹੀ ਦੱਸਦੇ ਨੇ ਕਿ ਇਹਨਾਂ ਦੇ ਬੇਟੇ ਦਾ ਵੀਜ਼ਾ ਆ ਗਿਆ ਸੀ ਪਰ ਪੈਸੇ ਦਾ ਕੋਈ ਵੀ ਇੰਤਜ਼ਾਮ ਨਹੀਂ ਸੀ ਹੋ ਰਿਹਾ ਇਹਨਾਂ ਨੇ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਪੈਸਿਆਂ ਦੇ ਇੰਤਜ਼ਾਮ ਨੂੰ ਕਰਨ ਦੇ ਲਈ ਪਰ ਕਿਤੇ ਵੀ ਇਹਨਾਂ ਦੀ ਕੋਈ ਵੀ ਗੱਲ ਨਹੀਂ ਬਣੀ ਔਰ ਸਿਸਟਰ ਜੀ ਨੂੰ ਇਸ ਤਰ੍ਹਾਂ ਲੱਗਦਾ ਸੀਗਾ ਕਿ ਸ਼ਾਇਦ ਮੇਰੇ ਬੇਟੇ ਨੇ ਨਹੀਂ ਜਾਣਾ ਉਹ ਰਹਿ ਜਾਵੇਗਾ ਇਹਨਾਂ ਨੂੰ ਬਹੁਤ ਸਾਰੀ ਟੈਨਸ਼ਨ ਸੀਗੀ ਔਰ ਇਹਨਾਂ ਨੇ ਪ੍ਰੋਫਿਟ ਜੀ ਕੋਲੋਂ ਪ੍ਰਾਰਥਨਾ ਕਰਵਾਈ ਪ੍ਰੋਫਿਟ ਜੀ ਨੇ ਕਿਹਾ ਕਿ ਸਿਸਟਰ ਜੀ ਤੁਸੀਂ ਟੈਨਸ਼ਨ ਨਾ ਲਓ ਤੁਹਾਡੇ ਬੇਟੇ ਦਾ ਸਾਰਾ ਇੰਤਜ਼ਾਮ ਹੋ ਚੁੱਕਾ ਔਰ ਤੁਹਾਡਾ ਬੇਟਾ ਜ਼ਰੂਰ ਜਾਏਗਾ ਤਾਂ ਉਸੇ ਤਰ੍ਹਾਂ ਹੋਇਆ ਜਦੋਂ ਇਹਨਾਂ ਦੇ ਲਈ ਸਮਰਥੀ ਪ੍ਰਾਰਥਨਾ ਹੋਈ ਤੇ ਪਰਮੇਸ਼ਰ ਨੇ ਜਿੱਥੋਂ ਨਹੀਂ ਵੀ ਉਮੀਦ ਸੀ ਖੁਦਾਵੰਦ ਨੇ ਉਸ ਜਗ੍ਹਾ ਤੇ ਇਹਨਾਂ ਦਾ ਇੰਤਜ਼ਾਮ ਕਰਕੇ ਦਿੱਤਾ ਅੱਜ ਇਹਨਾਂ ਦਾ ਬੇਟਾ ਸਹੀ ਔਰ ਸਲਾਮਤ ਵਿਦੇਸ਼ ਦੇ ਵਿੱਚ ਪਹੁੰਚ ਚੁੱਕਿਆ ਹੈ ਇਸ ਵੱਡੀ ਗਵਾਹੀ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਕਰਾਂਗੇ ਸਿਸਟਰ ਕਮਲਜੀਤ ਕਰਤਾਰਪੁਰ ਤੋਂ ਸਿਸਟਰ ਕਮਲਜੀਤ ਕਰਤਾਰਪੁਰ ਤੋਂ ਸਿਸਟਰ ਜੀ ਆਪਣੀ ਬੇਟੀ ਦੀ ਗਵਾਹੀ ਦੱਸਦੇ ਨੇ ਇਹਨਾਂ ਦੀਆਂ ਦੋ ਗਵਾਹੀਆਂ ਆ ਸਿਸਟਰ ਜੀ ਦੱਸਦੇ ਨੇ ਕਿ ਇਹਨਾਂ ਦੀ ਬੇਟੀ ਨੇ ਸਕੂਲ ਦੇ ਵਿੱਚ ਪਾਰਟਿਸਪੇਟ ਕੀਤਾ ਸੀ ਔਰ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਇਹਨਾਂ ਦੀ ਬੇਟੀ ਫਸਟ ਆਈ ਆ ਇਸ ਲਈ ਪਰਮੇਸ਼ਵਰ ਦਾ ਧੰਨਵਾਦ ਕਰਦੇ ਨੇ ਔਰ ਦੂਸਰੀ ਗਵਾਹੀ ਇਹਨਾਂ ਦੇ ਹਸਬੈਂਡ ਦੀ ਆ ਜੋ ਮਲੇਸ਼ੀਆ ਦੇ ਵਿੱਚੋਂ ਆਏ ਨੇ ਸਿਸਟਰ ਜੀ ਦੱਸਦੇ ਨੇ ਕਿ ਇਹਨਾਂ ਦੇ ਹਸਬੈਂਡ 2013 ਦੇ ਵਿੱਚ ਮਲੇਸ਼ੀਆ ਚ ਗਏ ਸੀ ਔਰ ਉੱਥੋਂ 2-3 ਸਾਲ ਬਾਅਦ ਹੀ ਵਾਪਸ ਆਉਣਾ ਚਾਹੁੰਦੇ ਸੀ ਪਰ ਬਹੁਤ ਸਾਰੀਆਂ ਰੁਕਾਵਟਾਂ ਆਈਆਂ ਜਦੋਂ ਇਹ ਕੋਸ਼ਿਸ਼ ਕਰਦੇ ਸੀ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਸੀ ਔਰ ਇਹਨਾਂ ਦਾ ਇੰਡੀਆ ਆਉਣ ਦਾ ਕੋਈ ਵੀ ਕੰਮ ਜਿਹੜਾ ਨਹੀਂ ਸੀ ਬਣ ਰਿਹਾ ਸਿਸਟਰ ਜੀ ਦੱਸਦੇ ਨੇ ਕਿ 2020 ਦੇ ਵਿੱਚ ਫਿਰ ਤੋਂ ਇਹਨਾਂ ਨੇ ਟਰਾਈ ਕੀਤੀ ਕਿ ਅਸੀਂ ਆਉਣਾ ਆ ਤਾਂ ਫਿਰ ਲੋਕਡਾਊਨ ਹੋ ਗਿਆ ਉਸ ਵਜ੍ਹਾ ਕਰਕੇ ਫਿਰ ਤੋਂ ਬ੍ਰਦਰ ਜਿਹੜੇ ਆ ਉੱਥੇ ਹੀ ਰਹਿ ਗਏ ਤਾਂ ਸਿਸਟਰ ਜੀ ਦੱਸਦੇ ਨੇ ਕਿ 2023 ਦੇ ਵਿੱਚ ਇਹਨਾਂ ਨੇ ਲਗਾਤਾਰ ਪ੍ਰੋਫਿਟ ਜੀ ਕੋਲੋਂ ਪ੍ਰਾਰਥਨਾ ਕਰਵਾਈ ਕਿ ਮੇਰੇ ਹਸਬੈਂਡ ਦੇ ਆਉਣ ਦੇ ਸਾਰੇ ਇੰਤਜ਼ਾਮ ਹੋਣ ਤਾਂ ਸਿਸਟਰ ਜੀ ਦੱਸਦੇ ਨੇ ਕਿ ਬਹੁਤ ਸਾਰੀਆਂ ਪ੍ਰੋਬਲਮ ਆਈਆਂ ਪਰੇਸ਼ਾਨੀਆਂ ਆਈਆਂ ਇਹਨਾਂ ਦੇ ਹਸਬੈਂਡ ਦਾ ਜਿਹੜਾ ਪਾਸਪੋਰਟ ਆ ਵਾਈਟ ਉਹ ਨਹੀਂ ਸੀ ਬਣ ਰਿਹਾ ਔਰ ਨਾ ਹੀ ਉੱਥੇ ਇਹਨਾਂ ਦੇ ਹਸਬੈਂਡ ਦੀ ਰਹਿਣ ਦੇ ਲਈ ਜਗ੍ਹਾ ਸੀ ਖਾਣ ਦੇ ਲਈ ਕੋਈ ਵੀ ਜਗ੍ਹਾ ਨਹੀਂ ਸੀ ਤਾਂ ਸਿਸਟਰ ਜੀ ਨੇ ਪ੍ਰੋਫਿਟ ਜੀ ਕੋਲੋਂ ਪ੍ਰਾਰਥਨਾ ਕਰਵਾਈ ਕਿ ਤੁਸੀਂ ਪ੍ਰਾਰਥਨਾ ਕਰੋ ਕਿ ਮੇਰੇ ਹਸਬੈਂਡ ਦੇ ਖਾਣ ਦੇ ਲਈ ਔਰ ਰਹਿਣ ਦੇ ਲਈ ਇੰਤਜ਼ਾਮ ਹੋਏ ਪ੍ਰੋਫਿਟ ਜੀ ਨੇ ਪ੍ਰਾਰਥਨਾ ਕੀਤੀ ਔਰ ਪ੍ਰੋਫਿਟ ਜੀ ਦੀ ਪ੍ਰਾਰਥਨਾ ਦੇ ਦੁਆਰਾ ਬ੍ਰਦਰ ਜੀ ਨੂੰ ਉਸ ਜਗ੍ਹਾ ਤੇ ਮਲੇਸ਼ੀਆ ਦੇ ਵਿੱਚ ਰੂਮ ਮਿਲਿਆ ਖਾਣ ਦੇ ਲਈ ਰਹਿਣ ਦੇ ਲਈ ਘਰ ਮਿਲਿਆ ਔਰ ਪ੍ਰੋਫਿਟ ਜੀ ਸਿਸਟਰ ਜੀ ਦੱਸਦੇ ਨੇ ਕਿ ਜਦੋਂ ਉਸ ਜਗ੍ਹਾ ਤੇ ਗਏ ਇਹਨਾਂ ਦੀ ਇਹ ਪ੍ਰਾਰਥਨਾ ਸੀਗੀ ਕਿ ਪਰਮੇਸ਼ਰ ਜਦ ਮੇਰੇ ਹਸਬੈਂਡ ਵਾਪਸ ਆਉਣ ਤਾਂ ਉਹ ਤੇਰੇ ਵਿੱਚ ਹੋ ਕੇ ਆਉਣ ਤਾਂ ਸਿਸਟਰ ਜੀ ਦੱਸਦੇ ਨੇ ਕਿ ਜਿਸ ਬ੍ਰਦਰ ਦੇ ਨਾਲ ਹੀ ਰਹਿੰਦੇ ਸੀ ਉਹ ਆਲਰੇਡੀ ਪ੍ਰਾਰਥਨਾ ਕਰਨ ਵਾਲੇ ਸੀ ਵਚਨਾਂ ਨੂੰ ਪੜ੍ਹਨ ਵਾਲੇ ਸੀ ਜਿੱਦਾਂ ਹੀ ਇਹ ਬ੍ਰਦਰ ਇਹਨਾਂ ਦੇ ਹਸਬੈਂਡ ਉਸ ਬ੍ਰਦਰ ਦੇ ਕੋਲ ਗਏ ਮਲੇਸ਼ੀਆ ਦੇ ਵਿੱਚ ਤਾਂ ਇਹਨਾਂ ਦਾ ਜਿਹੜਾ ਪ੍ਰਾਰਥਨਾ ਵਾਲਾ ਜੀਵਨ ਹੋ ਗਿਆ ਬਾਈਬਲ ਨੂੰ ਪੜ੍ਹਨ ਲੱਗ ਗਏ ਔਰ ਜਿੱਦਾਂ ਹੀ ਇਹ ਪਰਮੇਸ਼ਰ ਵੱਲ ਵਧੇ ਤੇ ਖੁਦਾ ਨੇ ਇਹਨਾਂ ਦੇ ਕੰਮ ਨੂੰ ਕਰਨਾ ਸ਼ੁਰੂ ਕਰ ਦਿੱਤਾ ਸਿਸਟਰ ਜੀ ਦੱਸਦੇ ਨੇ ਕਿ ਕਿੱਥੇ 13 ਸਾਲ ਹੋ ਚੁੱਕੇ ਸੀਗੇ ਜੋ ਆਉਣ ਬਾਰੇ ਸੋਚ ਰਹੇ ਸੀ ਪਰ ਨਹੀਂ ਸੀ ਆ ਰਹੇ ਜਿੱਦਾਂ ਹੀ ਪ੍ਰੋਫਿਟ ਜੀ ਕੋਲੋਂ ਇਹਨਾਂ ਨੇ ਲਗਾਤਾਰ ਪ੍ਰਾਰਥਨਾ ਕਰਵਾਈ ਔਰ ਸਿਸਟਰ ਜੀ ਦੱਸਦੇ ਨੇ ਕਿ ਅੱਜ ਇਹਨਾਂ ਦੇ ਹਸਬੈਂਡ ਪੂਰੇ 13 ਸਾਲ ਬਾਅਦ ਪ੍ਰੋਫਿਟ ਜੀ ਦੀਆਂ ਦੁਆਵਾਂ ਦੇ ਦੁਆਰਾ ਸਹੀ ਔਰ ਸਲਾਮਤ ਅੱਜ ਆ ਚੁੱਕੇ ਨੇ ਔਰ ਗਵਾਹੀ ਦੇਣ ਲਈ ਖੜੇ ਨੇ ਇਹ ਸਾਰੀ ਗਵਾਹੀ ਦੇ ਲਈ ਪਰਮੇਸ਼ਰ ਦਾ ਦਿਲ ਤੋਂ ਧੰਨਵਾਦ ਕਰਦੇ ਨੇ
ਮੈਨੂੰ ਦਿੱਤੇ ਨੇ ਉਹ ਬਾਬਾ ਵਾਲੇ ਪਾਰੇ ਯਸੂ ਨੇ, ਮੈਨੂੰ ਦਿੱਤੇ ਨੇ ਉਹ ਬਾਬਾ ਵਾਲੇ ਪਾਰੇ ਯਸੂ ਨੇ, ਮੈਨੂੰ ਦਿੱਤੇ ਨੇ ਉਹ ਬਾਬਾ ਵਾਲੇ ਪਾਰੇ ਯਸੂ ਨੇ, ਮੈਨੂੰ ਦਿੱਤਾ ਏ ਗਵਾਈਆਂ ਨਾਲ ਪਾਰੇ ਯਸੂ ਨੇ, ਮੈਨੂੰ ਦਿੱਤਾ ਏ ਗਵਾਈਆਂ ਨਾਲ, ਮੈਨੂੰ ਦਿੱਤਾ ਏ ਗਵਾਈਆਂ ਨਾਲ ਪਾਰੇ ਯਸੂ ਨੇ, ਅੱਜ ਦੁੱਖਾਂ ਵਾਲੀ ਮੁੰਡੇ ਦਿੱਤੀ ਚੜੇ ਯਸੂ ਨੇ, ਅੱਜ ਦੁੱਖਾਂ ਵਾਲੀ ਮੈਨੂੰ ਦਿੱਤਾ ਏ ਗਵਾਈਆਂ ਨਾਲ ਪਾਰੇ ਯਸੂ ਨੇ, ਮੈਨੂੰ ਦਿੱਤਾ ਏ ਗਵਾਈਆਂ ਨਾਲ ਪਾਰੇ ਯਸੂ ਨੇ। ਦੱਸਦੇ ਨੇ ਜਦੋਂ ਅਸੀਂ ਇਹਨਾਂ ਕੋਲ ਸੁਣਿਆ ਤੇ ਦੱਸਦੇ ਆ ਬ੍ਰਦਰ ਜੀ ਕਿ ਬਹੁਤ ਹੀ ਮੁਸ਼ਕਿਲ ਸੀ ਇਹਨਾਂ ਦਾ ਆਣਾ। ਉੱਥੋਂ ਦੀ ਮਲੇਸ਼ੀਆ ਦੀ ਮਸ਼ਹੂਰ ਜਿਹੜੀ ਕੰਪਨੀ ਸੀਗੀ, ਮਸ਼ਹੂਰ ਜਿਹੜੇ ਲੋਕ ਸੀਗੇ ਜਿਹੜੇ ਬਾਹਰ ਇੰਡੀਆ, ਦੱਸਦੇ ਨੇ ਕਿ ਉਹ ਅੰਬੈਸੀ ਵਾਲੇ ਜਿਹੜੇ ਸੀ ਉਹਨਾਂ ਨੇ ਹਜ਼ਾਰਾਂ ਹੀ ਲੋਕ ਇੰਡੀਆ ਦੇ ਵਿੱਚ ਭੇਜੇ ਸੀ, ਪਰ ਬ੍ਰਦਰ ਜੀ ਜਦੋਂ ਗਏ ਤਾਂ ਉਹਨਾਂ ਨੇ ਆਪਣੇ ਹੱਥ ਖੜੇ ਕਰ ਦਿੱਤੇ। ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡਾ ਕੰਮ ਜਿਹੜਾ ਨਹੀਂ ਕਰ ਸਕਦੇ, ਅਸੀਂ ਤੁਹਾਡਾ ਪਾਸਪੋਰਟ ਜਿਹੜਾ ਨਹੀਂ ਬਣਵਾ ਸਕਦੇ। ਸਿਸਟਰ ਦੱਸਦੇ ਨੇ ਕਿ ਜਦੋਂ ਇਹਨਾਂ ਨੇ ਦੱਸਿਆ ਪ੍ਰੋਫਿਟ ਜੀ ਨੂੰ ਕਿ ਇਸ ਤਰ੍ਹਾਂ ਉਹ ਕਹਿ ਰਹੇ ਨੇ, ਇਹਨਾਂ ਨੇ ਪ੍ਰਾਰਥਨਾ ਕਰਵਾਈ, ਤਾਂ ਪ੍ਰਾਰਥਨਾ ਤੋਂ ਬਾਅਦ ਜਦੋਂ ਦੁਬਾਰਾ ਬ੍ਰਦਰ ਜੀ ਆਪਣੇ ਪਾਸਪੋਰਟ ਦੇ ਲਈ ਅਪਲਾਈ ਕਰਨ ਗਏ ਮਲੇਸ਼ੀਆ ਦੇ ਵਿੱਚ, ਤਾਂ ਉਹਨਾਂ ਨੇ ਕਿਹਾ ਕਿ ਤੁਹਾਡਾ ਤੇ ਪਾਸਪੋਰਟ ਜਿਹੜਾ ਉਹ ਬਣ ਚੁੱਕਿਆ ਹੈ ਆਲਰੇਡੀ, ਤੁਹਾਡਾ ਤੇ ਅਪਲਾਈ ਹੋਇਆ ਆ। ਔਰ ਤੁਸੀਂ ਦੱਸਦੇ ਨੇ ਕਿ ਪ੍ਰੋਫਿਟ ਜੀ ਨੇ ਇਹਨਾਂ ਨੂੰ ਡਿਕਲੇਅਰ ਕੀਤਾ ਸੀਗਾ ਕਿ ਬ੍ਰਦਰ ਤੁਹਾਡੇ ਹਸਬੈਂਡ ਗਏ ਆ, ਇਹ ਪਾਸਪੋਰਟ ਲੈ ਕੇ ਹੀ ਵਾਪਸ ਆਉਣਗੇ। ਜਦੋਂ ਦੁਬਾਰਾ ਗਏ ਇਸੇ ਤਰ੍ਹਾਂ ਹੋਇਆ, ਉਹਨਾਂ ਨੇ ਕਿਹਾ ਕਿ ਤੁਹਾਨੂੰ ਅਪਲਾਈ ਕਰਨ ਦੀ ਲੋੜ ਨਹੀਂ ਆ, ਤੁਹਾਡਾ ਜਿਹੜਾ ਵਾਈਟ ਪਾਸਪੋਰਟ ਆ ਉਹ ਬਣ ਚੁੱਕਾ ਆ। ਮਿਲਣ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਆਈਆਂ, ਉਹਨਾਂ ਨੂੰ ਮਿਲ ਨਹੀਂ ਸੀ ਰਿਹਾ, ਫਿਰ ਤੋਂ ਇਹਨਾਂ ਨੇ ਪ੍ਰਾਰਥਨਾ ਕਰਵਾਈ, ਯਾਨੀ ਕਿ ਬਹੁਤ ਸਾਰੀਆਂ ਪ੍ਰੋਬਲਮ ਸੀ, ਲਗਾਤਾਰ ਪ੍ਰਾਰਥਨਾ ਕਰਵਾਉਂਦੇ ਰਹੇ। ਔਰ ਸਿਸਟਰ ਦੱਸਦੇ ਨੇ ਕਿ ਮੇਰੀ ਵੀ ਇਹੀ ਇੱਛਾ ਸੀਗੀ ਕਿ ਮੇਰੇ ਹਸਬੈਂਡ ਜਿਹੜੇ ਆ ਪਰਮੇਸ਼ਵਰ ਦੇ ਵਿੱਚ ਜਦੋਂ ਵੀ ਇੱਥੇ ਆਉਣ ਇੰਡੀਆ। ਬ੍ਰਦਰ ਅੱਜ ਪਹਿਲੀ ਵਾਰ ਜੀਸਸ ਕ੍ਰਾਈਸਟ ਮਿਨਿਸਟਰੀ ਦੇ ਵਿੱਚ ਆਏ ਆ, ਪਹਿਲੀ ਵਾਰ ਇਹ ਚਰਚ ਦੇ ਵਿੱਚ ਆਏ, ਇਹਨਾਂ ਦੀ ਇਹੀ ਦਿਲੀ ਦੁਆ ਸੀ ਕਿ ਮੇਰੇ ਹਸਬੈਂਡ ਜਦ ਵੀ ਆਉਣ ਤੇ ਉਹ ਪਰਮੇਸ਼ਵਰ ਦੇ ਘਰ ਦੇ ਵਿੱਚ ਆਉਣ। ਪਰਮੇਸ਼ਵਰ ਨੇ ਸਿਸਟਰ ਜੀ ਦੀਆਂ ਹਰ ਇੱਕ ਪ੍ਰਾਰਥਨਾ ਦਾ ਉੱਤਰ ਦਿੱਤਾ ਹੈ ਆਪਣੇ ਦਾਸ ਦੇ ਦੁਆਰਾ, ਔਰ ਅੱਜ ਖੁਦਾ ਨੇ ਇਹਨਾਂ ਨੂੰ ਬਹੁਤ ਵੱਡੀ ਗਵਾਹੀ ਦੇ ਨਾਲ ਖੜਿਆ ਕੀਤਾ ਹੈ। ਸਾਰੀ ਗਵਾਹੀ ਦੇ ਲਈ ਪਰਮੇਸ਼ਵਰ ਨੂੰ ਸਾਰੀ ਮਹਿਮਾ ਔਰ ਜਲਾਲ ਦਿੰਦੇ ਨੇ। ਸਿਸਟੀ ਦੱਸਦੇ ਨੇ ਕਿ 4 ਸਾਲ ਹੋ ਗਏ ਸੀ ਇਹਨਾਂ ਦੇ ਹਸਬੈਂਡ ਦੇ ਉੱਤੇ ਕੋਰਟ ਕੇਸ ਸੀਗਾ, ਔਰ ਜਦੋਂ ਹੀ ਮਾਸ ਪ੍ਰੇਅਰ ਦੇ ਵਿੱਚ ਪ੍ਰੋਫਿਟ ਜੀ ਡਿਕਲੇਅਰ ਕਰਦੇ ਹੁੰਦੇ ਸੀਗੇ ਕਿ ਤੁਸੀਂ ਕੋਰਟ ਕੇਸ ਤੋਂ ਆਜ਼ਾਦ ਹੋਣ ਜਾ ਰਹੇ ਹੋ, ਤਾਂ ਸਿਸਟਰ ਜੀ ਨੇ ਇਹਨਾਂ ਵਰਡਸ ਨੂੰ ਰਿਸੀਵ ਕੀਤਾ। ਤਾਂ ਸਿਸਟਰ ਜੀ ਦੱਸਦੇ ਨੇ ਕਿ ਅੱਜ ਉਸ 4 ਸਾਲ ਦੇ ਕੋਰਟ ਕੇਸ ਤੋਂ ਇਹ ਬਿਲਕੁਲ ਆਜ਼ਾਦ ਹੋ ਚੁੱਕੇ ਆ। ਇਸ ਵੱਡੀ ਗਵਾਹੀ ਦੇ ਲਈ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ। ਕਿੱਦਾਂ ਕੀ ਇਹ ਹੁਣ ਮਨ ਵਿੱਚ ਸੀ ਵਿਚਾਰਦਾ, ਕਿੱਦਾਂ ਕੀ ਇਹ ਹੁਣ ਮਨ ਵਿੱਚ ਸੀ ਵਿਚਾਰਦਾ, ਇੱਕ ਜਿਸੀ ਨੇ ਤਾਂ ਮੈਨੂੰ ਘਰ ਪਰਿਵਾਰਦਾ, ਦਿੱਤਾ ਹੌਸਲਾ, ਦਿੱਤਾ ਹੌਸਲਾ ਦੁਆਵਾਂ ਨਾਲ ਹਰੀ ਯਸੂ ਨੇ, ਦਿੱਤਾ ਹੌਸਲਾ ਦੁਆਵਾਂ ਨਾਲ ਹਰੀ ਯਸੂ ਨੇ, ਮੈਨੂੰ ਦਿੱਤਾ ਹੈ ਗਵਾਈਆਂ ਨਾਲ ਸਾਰੇ ਯਸੂ, ਮੈਨੂੰ ਦਿੱਤਾ ਹੈ ਗਵਾਈਆਂ ਨਾਲ ਸਾਰੇ ਯਸੂ, ਮੈਨੂੰ ਦਿੱਤਾ ਹੈ ਗਵਾਈਆਂ ਨਾਲ ਸਾਰੇ ਯਸੂ ਨੇ। ਬ੍ਰਦਰ ਸੰਜੇ
ਗਾਂਧੀ ਕੈਂਪ ਤੋਂ। ਇਹ ਬ੍ਰਦਰ ਜੀ ਦੱਸਦੇ ਨੇ ਕਿ ਜਦੋਂ ਇਹਨਾਂ ਦੇ ਘਰ ਦੇ ਵਿੱਚ ਪ੍ਰੇਅਰ ਮੀਟਿੰਗ ਹੋਈ ਸੀ ਇੱਕ ਸਾਲ ਪਹਿਲਾਂ ਦੀ ਗੱਲ ਆ, ਤੇ ਪ੍ਰੋਫਟ ਜੀ ਨੇ ਇਹਨਾਂ ਦੇ ਲਈ ਪ੍ਰੋਫੈਸੀ ਕੀਤੀ ਸੀ ਔਰ ਅੱਜ ਉਹ ਪ੍ਰੋਫੈਸੀ ਇਹਨਾਂ ਦੀ ਲਾਈਫ ਦੇ ਵਿੱਚ ਪੂਰੀ ਹੋ ਚੁੱਕੀ ਆ। ਪ੍ਰੋਫਟ ਜੀ ਨੇ ਕਿਹਾ ਸੀ ਇਹਨਾਂ ਲਈ ਕਿ ਪਰਮੇਸ਼ਵਰ ਤੁਹਾਨੂੰ ਨਵੇਂ ਘਰ ਦੇ ਨਾਲ ਬਲੈਸ ਕਰਨ ਜਾ ਰਿਹਾ। ਤਾਂ ਬ੍ਰਦਰ ਜੀ ਦੱਸਦੇ ਨੇ ਕਿ ਇਹਨਾਂ ਨੇ ਇੱਕ ਪਲਾਟ ਲਿਆ ਸੀ। ਉਸ ਤੋਂ ਪਹਿਲਾਂ ਪਿੱਛੇ ਚੱਲਾਂਗੇ, ਜਦ ਬ੍ਰਦਰ ਮੁਕੇਸ਼ ਨੂੰ ਲੈ ਕੇ ਆਏ ਬਹੁਤ ਪਰੇਸ਼ਾਨ ਸੀ, ਇੱਦਾਂ ਹੀ ਹੈ ਜੀ। ਜਦ ਮੁਕੇਸ਼ ਭਾਈ ਆਪਕੋ ਲੈ ਕੇ ਆਏ ਆਪ ਬਹੁਤ ਪਰੇਸ਼ਾਨ ਔਰ ਆਪਕੇ ਵਿਸ਼ੇ ਥੇ ਕੁਛ ਔਰ ਉਨਕੇ ਬਾਰੇ ਮੇਂ ਬਾਤਚੀਤ ਹੋਈ ਔਰ ਇਹਨੇ ਬੋਲਾ ਕਿ ਮੁਝੇ ਘਰ ਚਾਹੀਏ, ਵੋ ਮਕਾਨ ਚਾਹੀਏ, ਵੋ ਜ਼ਮੀਨ ਚਾਹੀਏ, ਵੋ ਮੇਰੇ ਘਰ ਕੇ ਪਾਸ ਹੈ। ਮੇਰੇ ਕੋ ਪਾਸ਼ਾ ਜੀ ਨੇ ਬਤਾਇਆ ਕਿ ਪ੍ਰਭੂ ਨੇ ਆਪਕੋ ਜ਼ਮੀਨ ਦੇਨੇ ਜਾ ਰਹੇ ਹੈ। ਹਾਂ ਹਾਂ, ਇੱਕ ਹਫ਼ਤੇ ਪਹਿਲੇ ਪਾਸ਼ਾ ਜੀ ਹਮਾਰੇ ਘਰ ਗਏ, ਬੋਲੇ ਕਿ ਆਪਕੋ ਪੰਜਾਬ ਮੇਂ ਘਰ ਪ੍ਰਭੂ ਨੇ ਦੇਨੇ ਜਾ ਰਹੇ। ਇੱਕ ਦਿਨ ਫਿਰ ਇਹਨਾਂ ਨੇ ਘਰ ਬੁਲਾਇਆ, ਮੈਂ ਤੇ ਮਾਸਟਰ ਨੰਦ ਲਾਲ ਜੀ ਗਏ ਔਰ ਜਦੋਂ ਅਸੀਂ ਪ੍ਰੇਅਰ ਕੀਤੀ ਦਸ ਮਰਲੇ ਪਾਸ਼ਾ ਜੀ ਬੋਲੇ ਕਿ ਦਸ ਮਰਲੇ ਲੈ ਲੋ। ਹਮਨੇ ਬੋਲਾ ਨਹੀਂ ਪਾਸ਼ਾ ਜੀ, ਅਭੀ ਹਮਕੋ ਆਗੇ ਲੜਕੀ ਕੇ ਸ਼ਾਦੀ ਕਰਨਾ ਹੈ, ਹਮਨੇ 8 ਮਰਲਾ ਜ਼ਮੀਨ ਲੈਣਾ। 8 ਮਰਲੇ ਦਾ ਪਲਾਟ ਜਿਹੜਾ ਹੋ ਚੁੱਕਾ ਹੈ ਔਰ ਵਿਸ਼ਵਾਸ ਕਰਦੇ ਆ ਯਿਸੂ ਦੇ ਨਾਮ ਦੇ ਵਿੱਚ ਬੇਟੀ ਸ਼ਾਦੀ ਵਧੀਆ ਹੋਏਗੀ ਔਰ ਇਹਨਾਂ ਦਾ ਘਰਾਨਾ ਆ ਯਿਸੂ ਦੇ ਨਾਮ ਬਲੈਸ ਆ। ਕਿੰਨਾ ਦੇਰ ਹੋ ਆਪਕੋ ਨਿਸ਼ਚ ਕੇ ਸਾਥ ਜੁੜੇ ਹੋਏ? ਇਹ ਹੋ ਗਿਆ ਇਧਰ ਪਹਿਲੇ ਹਮ ਖੋਜੇਵਾਲ ਚਰਚ ਜਾਤੇ ਥੇ, ਪਹਿਲੇ ਕੀ ਬਾਤ ਨਹੀਂ ਕਰਨੀ, ਇਧਰ ਇਧਰ ਜ਼ਿਆਦਾ ਜ਼ਿਆਦਾ ਹਮਕੋ 1.5 ਸਾਲ ਆ ਪੌਣੇ 2 ਸਾਲ, 1.5 2 ਸਾਲ ਦੇ ਅੰਦਰ ਅੰਦਰ ਸਭ ਕੁਝ ਲਪੇਟ ਲਿਆ ਬ੍ਰਦਰ ਨੇ। ਯੈਸ, ਹਾਲੇਲੂਇਆ। ਔਰ ਇੱਕ ਫੈਕਟਰੀ ਦੇ ਕੰਮ ਕਰਨ ਵਾਲਾ ਬੰਦਾ ਯਾਦ ਰੱਖਣਾ, ਇੰਨੀ ਜਲਦੀ ਗਰੋ ਨਹੀਂ ਕਰਦਾ, ਲੇਕਿਨ ਇਹ ਪ੍ਰਾਰਥਨਾ ਸੀ ਔਰ ਇਹਨਾਂ ਦੀ ਸੇਵਾ ਭਾਵਨਾ ਸੀਗੀ ਕਿ ਟੈਂਟ ਲਵਾਉਂਦੇ ਸੀ, ਟੈਂਟ ਲਹਾਉਂਦੇ ਸੀ, ਸੇਵਾ ਨੂੰ ਇਹਨਾਂ ਨੇ ਪਹਿਲ ਦਿੱਤੀ, ਪ੍ਰਭੂ ਦੇ ਕੰਮ ਨੂੰ ਪਹਿਲ ਦਿੱਤੀ। ਜਦੋਂ ਅਸੀਂ ਖੁਦਾਵੰਦ ਦੇ ਕੰਮ ਨੂੰ ਪਹਿਲ ਦਿੰਦੇ ਹਾਂ ਤੇ ਖੁਦਾਵੰਦ ਦਾ ਵਚਨ ਵੀ ਸਾਨੂੰ ਇਸ ਗੱਲ ਸਿਖਾਉਂਦਾ ਹੈ ਕਿ ਇੱਜ਼ਤ ਤੇਰੀ ਵਧਾਵੇਗਾ। ਅੱਜ ਵੱਡੀ ਅਗਵਾਈ ਦੇ ਨਾਲ ਬ੍ਰਦਰ ਖੜੇ ਹੋ ਚੁੱਕੇ ਜੀ। ਦੱਸਦੇ ਨੇ ਜਦੋਂ ਇਹਨਾਂ ਨੇ ਪ੍ਰੋਪਰਟੀ ਡੀਲਰ ਦੇ ਨਾਲ ਗੱਲ ਕੀਤੀ ਤਾਂ ਪ੍ਰੋਪਰਟੀ ਡੀਲਰ ਨੇ ਕਿਹਾ ਕਿ ਤੁਸੀਂ ਮੈਨੂੰ, ਇਹ ਬ੍ਰਦਰ ਨੇ ਕਿਹਾ ਕਿ ਮੈਂ ਥੋੜੇ ਪੈਸੇ ਤੁਹਾਨੂੰ ਕੈਸ਼ ਦੇ ਦਾਂਗਾ ਤੇ ਆਪਣਾ ਚੈੱਕ ਦੇ ਦਾਂਗਾ। ਤਾਂ ਇਸੇ ਤਰ੍ਹਾਂ ਹੋਇਆ, ਬ੍ਰਦਰ ਜੀ ਨੇ ਕੈਸ਼ ਵੀ ਦਿੱਤਾ, ਆਪਣਾ ਚੈੱਕ ਵੀ ਦਿੱਤਾ ਔਰ ਜਦੋਂ ਇਹ ਰਜਿਸਟਰੀ ਬਣਾਉਣ ਦੇ ਲਈ ਗਏ ਤਾਂ ਪ੍ਰੋਪਰਟੀ ਡੀਲਰ ਨੇ ਕਿਹਾ ਕਿ ਨਹੀਂ, ਜਿਹੜੇ ਪੈਸੇ ਰਹਿ ਗਏ ਆ ਉਹ ਵੀ ਮੈਨੂੰ ਹੁਣੇ ਚਾਹੀਦੇ ਔਰ ਕੈਸ਼ ਚਾਹੀਦੇ ਆ। ਤਾਂ ਬ੍ਰਦਰ ਜੀ ਨੇ ਦੱਸਿਆ ਕਿ ਉਹ ਰਜਿਸਟਰੀ ਵੀ ਲੈ ਗਏ, ਚੈੱਕ ਵੀ ਲੈ ਗਏ ਔਰ ਜਿਹੜੇ ਪੈਸੇ ਦਿੱਤੇ ਸੀਗੇ ਉਹ ਵੀ ਲੈ ਗਏ ਔਰ ਉਲਟਾ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਜੇ ਜਿਹੜੇ ਰਹਿ ਗਏ ਆ ਬੈਲੈਂਸ ਜੇ ਉਹ ਤੁਸੀਂ ਨਾ ਦਓਗੇ ਤਾਂ ਮੈਂ ਤੁਹਾਡੇ ਅਕਾਊਂਟ ਦੇ ਵਿੱਚੋਂ ਚੈੱਕ ਲਗਾ ਕੇ ਕਢਵਾ ਲਾਂਗਾ। ਔਰ ਬ੍ਰਦਰ ਜੀ ਦੱਸਦੇ ਨੇ ਕਿ ਇਹ ਔਰ ਇਹਨਾਂ ਦੀ ਵਾਈਫ ਉਸ ਦਿਨ ਬਹੁਤ ਜ਼ਿਆਦਾ ਪਰੇਸ਼ਾਨ ਸੀ, ਸਾਰੀ ਰਾਤ ਸੋ ਨਹੀਂ ਸਕੇ। ਫਿਰ ਇਹਨਾਂ ਨੇ ਪ੍ਰੋਫਟ ਜੀ ਕੋਲੋਂ ਪ੍ਰਾਰਥਨਾ ਕਰਵਾਈ ਔਰ ਦੱਸਿਆ, ਪ੍ਰੋਫਟ ਜੀ ਨੇ ਇਹਨਾਂ ਨੂੰ ਪ੍ਰੋਫੈਟਿਕ ਵਰਡ ਦਿੱਤੇ ਕਿ ਤੁਹਾਨੂੰ ਅੱਜ ਹੀ ਤੁਹਾਡੀ ਰਜਿਸਟਰੀ ਮਿਲ ਜਾਏਗੀ ਔਰ ਜਿਹੜੇ ਪੈਸੇ ਬ੍ਰਦਰ ਦੱਸ ਰਹੇ ਸੀਗੇ ਕਿ ਮੈਂ ਆਪਣੀ ਬੈਂਕ ਦੇ ਵਿੱਚੋਂ ਜਿੰਨੀ ਲਿਮਿਟ ਸੀ ਮੈਂ ਕਢਵਾ ਲਏ ਸੀ, ਹੋਰ ਮੈਂ ਕਢਵਾ ਨਹੀਂ ਸੀ ਸਕਦਾ। ਪਰ ਜਿੱਦਾਂ ਹੀ ਇਹਨਾਂ ਨੇ ਪ੍ਰਾਰਥਨਾ ਕਰਵਾਈ ਆ ਪ੍ਰੋਫਟ ਜੀ ਦੇ ਕੋਲੋਂ ਤਾਂ
ਪ੍ਰਾਰਥਨਾ ਤੋਂ ਬਾਅਦ ਜੋ ਪ੍ਰੋਫਿਟ ਜੀ ਨੇ ਕਿਹਾ ਕਿ ਤੁਹਾਨੂੰ ਰਜਿਸਟਰੀ ਵੀ ਮਿਲ ਜਾਏਗੀ, ਤੁਹਾਡੇ ਚੈੱਕ ਵੀ ਵਾਪਸ ਦੇ ਦੇਣਗੇ, ਔਰ ਜੋ ਪੈਸੇ ਨਹੀਂ ਅਕਾਊਂਟ ਚੋਂ ਨਿਕਲ ਰਹੇ ਉਹ ਵੀ ਨਿਕਲ ਜਾਣਗੇ। ਇਸੇ ਤਰ੍ਹਾਂ ਹੋਇਆ ਜਦ ਇਹਨਾਂ ਦੇ ਲਈ ਸਮਰਥੀ ਪ੍ਰਾਰਥਨਾ ਹੋਈ, ਔਰ ਉਸ ਪ੍ਰਾਰਥਨਾ ਤੋਂ ਬਾਅਦ ਉਹ ਜਿਹੜਾ ਪ੍ਰੋਪਰਟੀ ਡੀਲਰ ਸੀ ਮੰਨ ਗਿਆ, ਇਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਵੀ ਨਿਕਲ ਗਏ, ਔਰ ਅੱਜ ਇਹਨਾਂ ਦੇ ਕੋਲ ਰਜਿਸਟਰੀ ਆ, ਅੱਜ ਉਹ ਪਲਾਟ ਇਹਨਾਂ ਦੀ ਵਾਈਫ ਦੇ ਨਾਮ ਦੇ ਉੱਤੇ ਹੋ ਚੁੱਕਿਆ ਆ। ਇਸ ਪ੍ਰੋਫੈਸੀ ਜੋ ਸਾਲ ਬਾਅਦ ਹੋਈ ਸੀ, ਇੱਕ ਸਾਲ ਬਾਅਦ ਪੂਰੀ ਹੋ ਚੁੱਕੀ ਹੈ। ਇਸ ਵੱਡੀ ਗਵਾਹੀ ਦੇ ਲਈ ਇੱਕ ਪਰਮੇਸ਼ਵਰ ਜੀ ਦਾ ਧੰਨਵਾਦ ਕਰ ਰਹੇ ਹਾਂ। ਰਹਿੰਦਾ ਸੀ ਕਰਾਇਆ ਤੇ ਮੈਂ ਪੰਗਰਾ ਵੀ ਖਾਦੀਆਂ, ਰਹਿੰਦਾ ਸੀ ਕਰਾਇਆ ਤੇ ਮੈਂ ਪੰਗਰਾ ਵੀ ਖਾਦੀਆਂ, ਰਹਿੰਦਾ ਸੀ ਕਰਾਇਆ ਤੇ ਮੈਂ ਪੰਗਰਾ ਵੀ ਖਾਦੀਆਂ, ਸੁਣੀਆਂ ਦੁਆਵਾਂ ਯਿਸੂ ਲਾਗੇ ਹੋ ਕੇ ਸਾਡੀਆਂ, ਸੁਣੀਆਂ ਦੁਆਵਾਂ ਯਿਸੂ ਲਾਗੇ ਹੋ ਕੇ ਸਾਡੀਆਂ। ਅੱਜ ਦਿੱਤੀਆਂ ਨੇ ਗੱਡੀਆਂ ਤੇ ਘਰ ਯਿਸੂ ਨੇ, ਅੱਜ ਦਿੱਤੀਆਂ ਨੇ ਗੱਡੀਆਂ ਤੇ ਘਰ ਯਿਸੂ ਨੇ, ਅੱਜ ਦਿੱਤੀਆਂ ਨੇ ਗੱਡੀਆਂ ਤੇ ਘਰ ਯਿਸੂ ਨੇ, ਦਿੱਤੀਆਂ ਨੇ ਗੱਡੀਆਂ ਤੇ ਘਰ ਯਿਸੂ ਨੇ, ਮੈਨੂੰ ਦਿੱਤਾ ਏ, ਮੈਨੂੰ ਦਿੱਤਾ ਏ, ਮੈਨੂੰ ਦਿੱਤਾ ਏ ਗਵਾਈਆਂ ਨਾਲ ਭਰ ਯਿਸੂ ਨੇ, ਮੈਨੂੰ ਦਿੱਤਾ ਏ ਗਵਾਈਆਂ ਨਾਲ ਭਰ ਯਿਸੂ ਨੇ, ਮੈਨੂੰ ਦਿੱਤਾ ਏ ਗਵਾਈਆਂ ਨਾਲ ਭਰ ਯਿਸੂ ਨੇ। ਹਾਲੇਲੂਯਾ। ਸਿਸਟਰ ਗੇਜੋ ਪਹਾੜੀਪੁਰ ਤੋਂ ਇਹ ਸਿਸਟਰ ਦੱਸਦੇ ਨੇ ਇਹਨਾਂ ਦੀ ਬੇਟੀ ਦੀ ਗਵਾਹੀ ਆ। ਪਿਛਲੇ ਹਫਤੇ ਇਹਨਾਂ ਦੀ ਬੇਟੀ ਦਾ ਜਨਮ ਦਿਨ ਸੀ, ਔਰ ਇਹਨਾਂ ਨੇ ਆਪਣੇ ਘਰ ਦੇ ਵਿੱਚ ਪ੍ਰਾਰਥਨਾ ਰਖਵਾਈ ਸੀ। ਪਰਮੇਸ਼ਵਰ ਨੇ ਸਾਰੀ ਪ੍ਰਾਰਥਨਾ ਸਭਾ ਦਾ ਇੰਤਜ਼ਾਮ ਕਰਕੇ ਦਿੱਤਾ ਹੈ, ਹਰ ਇੱਕ ਲੋੜ ਨੂੰ ਜ਼ਰੂਰਤ ਨੂੰ ਪੂਰਿਆ ਕੀਤਾ, ਇਸ ਲਈ ਪਰਮੇਸ਼ਵਰ ਦਾ ਧੰਨਵਾਦ ਕਰਦੇ ਨੇ। ਸਿਸਟਰ ਦੱਸਦੇ ਨੇ ਕਿ ਇਹਨਾਂ ਦਾ ਬੇਟਾ ਸੀ ਜੋ ਇਹਨਾਂ ਨੂੰ ਨਹੀਂ ਸੀ ਮਿਲਦਾ, ਪਰ ਜਿੱਦਾਂ ਹੀ ਉਸ ਘਰ ਦੇ ਵਿੱਚ ਬੰਦਗੀ ਹੋਈ ਆ, ਪ੍ਰੇਅਰ ਮੀਟਿੰਗ ਰੱਖੀ ਗਈ ਆ, ਤਾਂ ਇਹਨਾਂ ਦਾ ਪੂਰੀ ਫੈਮਿਲੀ ਜੋ ਅਧੂਰੀ ਸੀ ਪਰਮੇਸ਼ਵਰ ਨੇ ਉਸ ਦਿਨ ਇਕੱਠੀ ਕੀਤੀ, ਇਸ ਲਈ ਵੀ ਇਹ ਪਰਮੇਸ਼ਵਰ ਦਾ ਦਿਲ ਤੋਂ ਧੰਨਵਾਦ ਕਰਦੇ ਨੇ। ਔਰ ਸਿਸਟਰ ਦੱਸਦੇ ਨੇ ਕਿ ਇਹਨਾਂ ਦੇ ਬੇਟੇ ਦੀ ਹੱਡੀ ਟੁੱਟ ਚੁੱਕੀ ਸੀ, ਔਰ ਇਹਨਾਂ ਨੇ ਲਗਾਤਾਰ ਰੋਜੇ ਰੱਖ ਕੇ ਪ੍ਰਾਰਥਨਾ ਕੀਤੀ ਕਿ ਪਰਮੇਸ਼ਵਰ ਮੇਰੇ ਬੇਟੇ ਦੀ ਉਹ ਟੁੱਟੀ ਹੱਡੀ ਉਹ ਜੁੜ ਜਾਵੇ। ਉਸੇ ਤਰ੍ਹਾਂ ਹੋਇਆ ਜਿਸ ਤਰ੍ਹਾਂ ਇਹਨਾਂ ਨੇ ਪ੍ਰਾਰਥਨਾ ਦੇ ਵਿੱਚ ਮੰਗਿਆ, ਪਰਮੇਸ਼ਵਰ ਨੇ ਇਹਨਾਂ ਦੀ ਹਰ ਇੱਕ ਮੰਗ ਨੂੰ ਪੂਰਿਆ ਕੀਤਾ, ਔਰ ਹੋਰ ਵੀ ਬਹੁਤ ਸਾਰੀਆਂ ਆਸ਼ੀਸ਼ਾਂ ਬਰਕਤਾਂ ਦੇ ਨਾਲ ਇਹਨਾਂ ਨੂੰ ਬਲੈਸ ਕੀਤਾ। ਇਹਨਾਂ ਸਾਰੀਆਂ ਬਰਕਤਾਂ ਦੇ ਲਈ, ਆਸ਼ੀਸ਼ਾਂ ਦੇ ਲਈ ਇਹ ਪਰਮੇਸ਼ਵਰ ਦਾ ਦਿਲ ਤੋਂ ਧੰਨਵਾਦ ਕਰਦੇ ਨੇ। ਸਿਸਟਰ ਪ੍ਰੀਤੀ ਪਹਾੜੀਪੁਰ ਤੋਂ ਇਹ ਸਿਸਟਰ ਜੀ ਆਪਣੇ ਹਸਬੈਂਡ ਦੀ ਗਵਾਹੀ ਦੱਸਦੇ ਨੇ ਕਿ ਅਚਾਨਕ ਪਿਛਲੇ ਹਫਤੇ ਰਾਤ ਨੂੰ ਇਹਨਾਂ ਦੀ ਹਸਬੈਂਡ ਦੇ ਪੇਟ ਦੇ ਵਿੱਚ ਦਰਦ ਹੋਣ ਲੱਗ ਗਿਆ, ਔਰ ਉਹਨਾਂ ਦਾ ਬਾਥਰੂਮ ਜਿਹੜਾ ਰੁਕ ਗਿਆ ਸੀ। ਤਾਂ ਸਿਸਟਰ ਜੀ ਜੋ ਪਿਛਲੇ ਹਫਤੇ ਪ੍ਰੇਅਰ ਵਾਲਾ ਆਇਲ ਲੈ ਕੇ ਗਏ ਸੀ, ਉਹਨਾਂ ਨੇ ਆਪਣੇ ਹਸਬੈਂਡ ਦੇ ਉੱਤੇ ਲਗਾਇਆ, ਔਰ ਪ੍ਰੇਅਰ ਵਾਲਾ ਪਾਣੀ ਵੀ ਉਹਨਾਂ ਨੂੰ ਪਿਲਾਇਆ। ਤਾਂ ਸਿਸਟਰ ਜੀ ਦੱਸਦੇ ਨੇ ਕਿ ਇੱਕ ਘੰਟੇ ਬਾਅਦ ਉਹਨਾਂ ਨੂੰ ਵਾਸ਼ਰੂਮ ਵੀ ਆ ਗਿਆ, ਔਰ ਦਰਦ ਵੀ ਜਿਹੜੀ ਹੋ ਰਹੀ ਸੀ ਉਹ ਸਾਰੀ ਖਤਮ ਹੋ ਗਈ। ਪ੍ਰਭੂ ਦੇ ਲਹੂ ਦੇ ਦੁਆਰਾ ਖੁਦਾ ਨੇ ਉਹਨਾਂ ਨੂੰ ਚੰਗਿਆ ਕੀਤਾ, ਇਸ ਲਈ ਪਰਮੇਸ਼ਵਰ ਦਾ ਦਿਲ ਤੋਂ ਧੰਨਵਾਦ ਕਰਦੇ। ਮੇਰਾ ਜੀਵਨ ਬਚਾਇਆ ਬਾ ਬੜੀ ਸੁਣੇ, ਮੈਨੂੰ ਦਿੱਤਾ ਹੈ ਗਵਾਈਆਂ ਨਾਲ ਭਰੀ ਸੁਣੇ, ਮੈਨੂੰ ਦਿੱਤਾ ਹੈ ਗਵਾਈਆਂ ਨਾਲ ਭਰੀ ਸੁਣੇ, ਮੈਨੂੰ ਦਿੱਤਾ ਹੈ ਗਵਾਈਆਂ ਨਾਲ ਭਰੀ ਸੁਣੇ। ਸਿਸਟਰ ਜਸਬੀਰ ਕਪੂਰਥਲੇ ਤੋਂ
ਬੇਟਾ ਰਸਤੇ ਦੇ ਵਿੱਚ ਇਹਨਾਂ ਦਾ ਐਕਸੀਡੈਂਟ ਹੋਣ ਵਾਲਾ ਸੀ, ਇਹ ਐਕਟਿਵਾ ਤੇ ਸੀਗੇ ਔਰ ਗੱਡੀ ਇਹਨਾਂ ਦੇ ਨਾਲ ਟੱਚ ਹੋ ਕੇ ਗਈ। ਸਿਸਟਰ ਜੀ ਦੱਸਦੇ ਨੇ ਕਿ ਮੇਰੀ ਬਾਂਹ ਦੇ ਨਾਲ ਟੱਚ ਹੋਈ ਪਰ ਪਰਮੇਸ਼ਵਰ ਨੇ ਸਾਨੂੰ ਡਿੱਗਣ ਨਹੀਂ ਦਿੱਤਾ, ਸਹੀ ਸਲਾਮਤ ਖੁਦਾ ਨੇ ਇਹਨਾਂ ਨੂੰ ਤੇ ਇਹਨਾਂ ਦੀ ਫੈਮਿਲੀ ਨੂੰ ਸੰਭਾਲ ਕੇ ਰੱਖਿਆ ਹੈ, ਇਸ ਲਈ ਇਹ ਪਰਮੇਸ਼ਵਰ ਦਾ ਦਿਲ ਤੋਂ ਧੰਨਵਾਦ ਕਰਦੇ ਨੇ। ਸਾਰੀ ਮਹਿਮਾ ਤੇ ਜਲਾਲ ਪਰਮੇਸ਼ਵਰ ਜੀ ਦੇ ਨਾਮ ਨੂੰ। ਪੂਨਮ ਨੰਦਨਪੁਰ ਤੋਂ, ਜਦੋਂ ਟੈਸਟ ਬੰਦੀ ਹੋਣੀ ਹੈ ਤਾਂ ਕੀ ਬਜਾਉਣੀ ਹੈ, ਕਿੱਦਾਂ ਬਜਾਉਣੀ ਹੈ? ਇਹ ਸਿਸਟਰ ਦੱਸਦੇ ਨੇ ਕਿ ਇਹਨਾਂ ਦੇ ਘਰ ਦੇ ਵਿੱਚ ਸੱਪ ਆ ਗਿਆ ਸੀ ਔਰ ਇਹਨਾਂ ਦੇ ਬੱਚੇ ਜਿਹੜੇ ਪਰਮੇਸ਼ਵਰ ਦਾ ਬੜਾ ਧੰਨਵਾਦ ਕਰਦੇ ਨੇ ਕਿ ਉਸ ਟਾਈਮ ਇਹਨਾਂ ਦੇ ਬੱਚੇ ਜਿਹੜੇ ਸਕੂਲ ਜਾ ਚੁੱਕੇ ਸੀ ਔਰ ਸਿਸਟਰ ਦੀ ਅਚਾਨਕ ਜਦੋਂ ਨਜ਼ਰ ਪਈ ਤੇ ਕਿਚਨ ਦੇ ਵਿੱਚ ਉਹ ਜਾ ਰਿਹਾ ਸੀ, ਤਾਂ ਇਹ ਪਰਮੇਸ਼ਵਰ ਦਾ ਧੰਨਵਾਦ ਕਰਦੇ ਨੇ ਕਿ ਇਹਨਾਂ ਦਾ ਪੈਰ ਜਿਹੜਾ ਉਸ ਦੇ ਉੱਤੇ ਰੱਖਿਆ ਜਾਣਾ ਸੀ ਪਰ ਖੁਦਾ ਨੇ ਉਸ ਤੋਂ ਪਹਿਲਾਂ ਹੀ ਇਹਨਾਂ ਦੀ ਨਜ਼ਰ ਜਿਹੜੀ ਉਸ ਉੱਤੇ ਪਾ ਦਿੱਤੀ ਤਾਂ ਪਰਮੇਸ਼ਵਰ ਨੇ ਇਹਨਾਂ ਨੂੰ ਇਹਨਾਂ ਦੀ ਪੂਰੀ ਫੈਮਿਲੀ ਨੂੰ ਵੱਡੇ ਹਾਦਸੇ ਤੋਂ ਬਚਾਇਆ ਹੈ, ਸੰਭਾਲ ਕੇ ਰੱਖਿਆ, ਹਰ ਇੱਕ ਲੋੜ ਨੂੰ ਜ਼ਰੂਰਤ ਨੂੰ ਪੂਰਿਆ ਕੀਤਾ ਹੈ, ਇਸ ਲਈ ਇਹ ਪਰਮੇਸ਼ਵਰ ਦਾ ਦਿਲ ਤੋਂ ਧੰਨਵਾਦ ਕਰਦੇ ਨੇ। ਸਾਰੀ ਮਹਿਮਾ ਤੇ ਜਲਾਲ ਪਰਮੇਸ਼ਵਰ ਜੀ ਦੇ ਨਾਮ। ਬ੍ਰਦਰ ਜਗਦੀਸ਼ ਨੰਦਨਪੁਰ ਤੋਂ, ਇਹ ਬ੍ਰਦਰ ਜੀ ਮਲੇਸ਼ੀਆ ਤੋਂ ਆਏ ਨੇ ਔਰ ਬ੍ਰਦਰ ਜੀ ਦੱਸਦੇ ਨੇ ਕਿ ਪਰਮੇਸ਼ਵਰ ਨੇ ਆਪਣੇ ਦਾਸ ਦੇ ਦੁਆਰਾ ਇਹਨਾਂ ਦੇ ਜੀਵਨ ਦੇ ਵਿੱਚ ਬਹੁਤ ਸਾਰੇ ਅਦਭੁਤ ਕੰਮਾਂ ਨੂੰ ਕੀਤਾ ਹੈ, ਜੋ ਜੋ ਪ੍ਰੋਫਿਟ ਜੀ ਨੇ ਇਹਨਾਂ ਦੇ ਲਈ ਪ੍ਰੋਫੈਟਿਕ ਵਰਡ ਨੂੰ ਡਿਕਲੇਅਰ ਕੀਤਾ ਹੈ ਉਸੇ ਤਰ੍ਹਾਂ ਇਹਨਾਂ ਦੇ ਜੀਵਨ ਦੇ ਵਿੱਚ ਹੋਇਆ ਔਰ ਅੱਜ ਪਰਮੇਸ਼ਵਰ ਇਹਨਾਂ ਨੂੰ ਮਲੇਸ਼ੀਆ ਤੋਂ ਸਹੀ ਔਰ ਸਲਾਮਤ ਆਪਣੇ ਭਵਨ ਦੇ ਵਿੱਚ ਲੈ ਕੇ ਆਏ। ਬ੍ਰਦਰ ਜੀ ਵੀ ਪਹਿਲੀ ਵਾਰ ਚਰਚ ਦੇ ਵਿੱਚ ਆਏ ਨੇ, ਅੱਜ ਇਹਨਾਂ ਦਾ ਪਹਿਲਾ ਸੰਡੇ ਆ, ਇਹ ਪਰਮੇਸ਼ਵਰ ਦਾ ਧੰਨਵਾਦ ਕਰਦੇ ਨੇ। ਬ੍ਰਦਰ ਜੀ ਦੱਸਦੇ ਨੇ ਕਿ ਇਹਨਾਂ ਦੇ ਕੋਲ ਪੈਸੇ ਨਹੀਂ ਸੀਗੇ, ਇਹਨਾਂ ਦੀ ਵਾਈਫ ਨੇ ਇਸ ਜਗ੍ਹਾ ਤੇ ਹੱਥ ਨੂੰ ਖੜਿਆ ਕੀਤਾ। ਪ੍ਰੋਫਿਟ ਜੀ ਨੇ ਕਿਹਾ ਸੀਗਾ ਕਿ ਕੌਣ ਆ ਆਪਣੇ ਹੱਥਾਂ ਨੂੰ ਖੜੇ ਕਰੋ ਜੋ ਪਰਮੇਸ਼ਵਰ ਦੇ ਘਰ ਦੇ ਵਿੱਚ ਬੀਜ ਨੂੰ ਬੀਜਣਾ ਚਾਹੁੰਦੇ ਆ ਔਰ ਇਹਨਾਂ ਦੀ ਵਾਈਫ ਨੇ ਹੱਥ ਨੂੰ ਖੜਿਆ ਕੀਤਾ। ਇਹਨਾਂ ਦੇ ਕੋਲ ਕੋਈ ਵੀ ਪੈਸਾ ਨਹੀਂ ਸੀਗਾ, ਉਹਨਾਂ ਨੇ ਹੱਥ ਖੜੇ ਕੀਤੇ ਤਾਂ ਪਰਮੇਸ਼ਵਰ ਨੇ ਉਸ ਬੀਜ ਨੂੰ ਜਦੋਂ ਇਹਨਾਂ ਦੇ ਲਈ ਬੀਜ ਦਾ ਇੰਤਜ਼ਾਮ ਕਰਕੇ ਦਿੱਤਾ ਔਰ ਜਦੋਂ ਇਹਨਾਂ ਨੇ ਕ੍ਰਿਸਮਸ ਦੇ ਲਈ ਉਸ ਬੀਜ ਨੂੰ ਬੀਜਿਆ ਤਾਂ ਅਸੀਂ ਬ੍ਰਦਰ ਜੀ ਤੋਂ ਪੁੱਛਾਂਗੇ ਕਿ ਕਿੰਨਿਆਂ ਦਾ ਕਰਜ਼ਾ ਜਿਹੜਾ ਹੈ ਇਹਨਾਂ ਦੇ ਸਿਰ ਦੇ ਉੱਤੋਂ ਲੱਥਿਆ? ਮੇਰਾ 10,000 ਰੁਪਇਆ ਜਦੋਂ ਇਸ ਪ੍ਰੋਫਿਟ ਦੀ ਐਡਮਿਨਿਸਟ੍ਰੇਸ਼ਨ ਚ ਬੀਜਿਆ ਗਿਆ ਜੀ, ਉਸ 2021 ਚ ਬੋਇਆ ਸੀ ਤੇ 2022 ਦੇ ਵਿੱਚ 2.5 ਤੋਂ 3 ਲੱਖ ਰੁਪਏ ਦੇ ਕਰੀਬ ਮੇਰਾ ਸਾਲ ਚ ਕਰਜ਼ਾ ਉਤਰਿਆ ਜੀ। ਲੋਨ 7 ਲੋਨ ਸੀਗੇ ਜੀ। ਲੋਨ ਕਿੰਨੇ ਚੱਲਦੇ ਸੀ? 7 ਲੋਨ ਸੀ। 7 ਲੋਨ ਚੱਲਦੇ ਸੀਗੇ। ਹਾਂਜੀ, 7 ਲੋਨ ਦੇ ਬਾਵਜੂਦ ਵੀ ਪ੍ਰੋਫਿਟ ਜੀ ਇੱਕ ਗਵਾਹੀ ਸੀਗੀ ਮੇਰਾ 2019 ਤੋਂ ਇੱਕ 5,000 ਰੁਪਇਆ ਸੀਗਾ ਜਿਹੜਾ ਜਦੋਂ ਮੈਂ ਮਿਨਿਸਟਰੀ ਨਾਲ ਨਹੀਂ ਸੀ ਜੁੜਿਆ, ਮੇਰਾ ਵਿਆਜ ਜਾਂਦਾ ਸੀ ਉਸ 500 ਰੁਪਏ ਮਹੀਨੇ ਦਾ ਜੀ। ਜੀ, ਤੇ 2021 ਤੱਕ ਉਹ ਜਦੋਂ ਬੀਜ ਬੀਜਿਆ ਗਿਆ 2022 ਚ ਪਹਿਲੇ ਹਫਤੇ 5 ਤਰੀਕ ਨੂੰ 5,000 ਰੁਪਏ ਉਤਰਿਆ ਸੀਗਾ ਜੀ। ਉਸ ਤੋਂ ਬਾਅਦ ਜਦੋਂ ਵਿਕਸਿਟ ਬਹੁਤ ਆਈ, ਉਸ ਤੋਂ ਬਾਅਦ ਉਸ ਸਾਲ ਦੇ ਵਿੱਚ ਮੇਰਾ ਪਹਿਲਾਂ 5,000 ਉਤਰਿਆ, ਫਿਰ 50,000 ਉਤਰਿਆ, ਕਰਦੇ ਕਰਦੇ ਉਸ ਸਾਲ ਦੇ ਵਿੱਚ 2.5 ਤੋਂ 3 ਲੱਖ ਰੁਪਏ ਉਤਰਿਆ ਸੀਗਾ ਜੀ। ਇਹਨਾਂ ਦੇ ਕੋਲ ਵਰਕ ਪਰਮਿਟ ਨਹੀਂ ਸੀਗਾ ਔਰ ਨਾ ਹੀ ਕੋਈ ਕੰਪਨੀ ਦਾ ਜਿਹੜਾ ਆਈ ਕਾਰਡ ਬਣਿਆ ਸੀ, ਕੁਛ ਨਹੀਂ ਸੀਗਾ। 2 ਮਹੀਨੇ ਬਾਅਦ ਇਮੀਗ੍ਰੇਸ਼ਨ ਜਿਹੜੀ ਆ ਇਮੀਗ੍ਰੇਸ਼ਨ ਆ ਜਾਂਦੀ ਸੀ, ਇਹਨਾਂ ਨੂੰ 2 ਮਹੀਨੇ ਬਾਅਦ ਰੂਮ ਔਰ ਕੰਪਨੀ ਚੇਂਜ ਕਰਨੀ ਪੈਂਦੀ ਸੀ। ਇਸ ਪ੍ਰੋਬਲਮ ਦੇ ਵਿੱਚ ਸੀਗੇ ਔਰ ਇਹਨਾਂ ਨੇ ਜਦੋਂ ਇਹ ਜੀਜਸ ਕ੍ਰਾਈਸਟ ਮਿਨਿਸਟਰੀ ਦੇ ਨਾਲ ਜੁੜੇ ਆ, ਲਗਾਤਾਰ ਇਹਨਾਂ ਨੇ ਆਨਲਾਈਨ ਮੀਟਿੰਗ ਦੇਖਿਆ ਆ ਪ੍ਰੋਫਿਟ ਜੀ ਦੇ ਨਾਲ, ਫੋਨ ਦੇ ਉੱਤੇ ਲਗਾਤਾਰ ਬਣੇ ਰਹੇ, ਪ੍ਰੇਅਰ ਕਰਵਾਉਂਦੇ ਰਹੇ ਔਰ ਜਿੱਦਾਂ ਹੀ ਇਹਨਾਂ ਨੇ ਇਸ ਵਿਸ਼ੇ ਉੱਤੇ ਪ੍ਰਾਰਥਨਾ ਕਰਵਾਈ ਆ
ਤਾਂ ਪ੍ਰੋਫਟ ਜੀ ਨੇ ਪ੍ਰੋਫੈਸੀ ਕੀਤੀ ਇਹਨਾਂ ਦੇ ਲਈ। ਪ੍ਰੋਫਟ ਜੀ ਨੂੰ ਨਹੀਂ ਪਤਾ ਸੀਗਾ ਕਿ ਉਸ ਜਗ੍ਹਾ ਤੇ ਮਲੇਸ਼ੀਆ ਦੇ ਵਿੱਚ ਵਰਕ ਪਰਮਿਟ ਜਿਹੜਾ ਉਹ ਮਿਲਦਾ ਹੀ ਨਹੀਂ ਆ। ਕਦੋਂ ਬੰਦ ਸੀ ਬ੍ਰਦਰ? 2011 ਦਾ ਵਰਕ ਪਰਮਿਟ ਬੰਦ ਸੀ, ਲੇਕਿਨ ਜਦੋਂ ਤੈਨੂੰ ਖੁਦਾਬੰਦ ਦੇ ਦਾਸ ਨੇ ਬੋਲਿਆ, ਹਾਂਜੀ ਤੁਸੀਂ ਪ੍ਰੋਫੈਸਰ ਕੀਤੇ ਕਿ ਵਰਕ ਪਰਮਿਟ ਖੋਲ ਰਿਹਾ, ਉਸ ਸਾਲ ਚ ਦੋ ਮਹੀਨੇ ਕੇ ਅੰਦਰ ਅੰਦਰ ਵਰਕ ਪਰਮਿਟ ਖੁੱਲ ਗਏ ਸੀ। ਪ੍ਰੇਸ ਲੋਰਡ। 2011 ਦਾ ਬੰਦ ਔਰ 2023 ਦੇ ਵਿੱਚ, ਹਾਂਜੀ 23 ਦੇ ਵਿੱਚ ਹਾਂਜੀ ਓਪਨ ਹੋ ਗਿਆ। ਓਪਨ ਹਾਂਜੀ, ਅੱਜ ਦੂਜਾ ਪਰਮਿਟ ਅੱਜ ਮੇਰੇ ਕੋਲ ਖੋਦਾ ਮੇਰੇ ਨਾਲ ਤੁਹਾਡੇ ਤੋਂ। ਪ੍ਰੇਸ ਲੋਰਡ। ਕਾਰਿੰਗ ਕਰਦੇ ਪਰਮੇਸ਼ਰ ਪਰਮੇਸ਼ਰ ਨੇ ਉਸ ਤੋਂ ਬਾਅਦ ਇਹਨਾਂ ਨੂੰ ਵਰਕ ਪਰਮਿਟ ਦੇ ਨਾਲ ਬਲੈਸ ਕੀਤਾ। ਵਰਕ ਪਰਮਿਟ ਤੋਂ ਬਾਅਦ ਇਹ ਕੰਪਨੀ ਦੇ ਵਿੱਚ ਸੀਗੇ ਔਰ ਪ੍ਰੋਫਟ ਜੀ ਨੇ ਇਹਨਾਂ ਨੂੰ ਇਹਨਾਂ ਦੇ ਕੰਮ ਦੀ ਪ੍ਰੋਫੈਸੀ ਕੀਤੀ ਕਿ ਤੁਹਾਨੂੰ ਜਿਹੜਾ ਆ ਕਾਰਗੋ ਦਾ ਜਿਹੜਾ ਕੰਮ ਮਿਲੇਗਾ। ਅੱਜ ਉਸੇ ਤਰ੍ਹਾਂ ਆ ਬ੍ਰਦਰ ਜੀ ਕਾਰਗੋ ਵਾਲੀ ਕੰਪਨੀ ਦੇ ਵਿੱਚ ਕੰਮ ਕਰ ਰਹੇ ਆ ਔਰ ਬ੍ਰਦਰ ਜੀ ਨੇ ਦੱਸਿਆ ਕਿ ਉਸ ਕੰਪਨੀ ਦੇ ਵਿੱਚ ਅਲਾਊਡ ਨਹੀਂ ਆ ਕਿ ਕਿਸੇ ਇੰਡੀਅਨ ਬੰਦੇ ਨੂੰ ਕੰਮ ਦਿੱਤਾ ਜਾਵੇ, ਪਰ ਪ੍ਰੋਫਟ ਜੀ ਨੇ ਪ੍ਰੋਫੈਸੀ ਕੀਤੀ ਸੀਗੀ ਕਿ ਤੁਹਾਨੂੰ ਉਸੇ ਜਗ੍ਹਾ ਤੇ ਕੰਮ ਮਿਲੇਗਾ। ਅੱਜ ਬ੍ਰਦਰ ਉਸੇ ਜਗ੍ਹਾ ਤੇ ਕੰਮ ਕਰ ਰਹੇ ਔਰ ਉਸੇ ਕੰਪਨੀ ਦੇ ਵਿੱਚ ਛੁੱਟੀ ਲੈ ਕੇ ਆਏ ਨੇ ਔਰ ਇਹਨਾਂ ਦੀ ਗਵਾਹੀ ਆ ਕਿ ਇਹਨਾਂ ਨੂੰ ਲਗਾਤਾਰ ਇੱਕ ਮਹੀਨੇ ਜਦੋਂ ਇਹ ਪਰਮੇਸ਼ਵਰ ਦੇ ਨਾਲ ਜੁੜੇ ਆ ਇਹਨਾਂ ਦੇ ਸਿਰ ਦੇ ਵਿੱਚ ਲਗਾਤਾਰ ਇੱਕ ਮਹੀਨਾ ਦਰਦ ਰਿਹਾ, ਬਹੁਤ ਜ਼ਿਆਦਾ ਤਕਲੀਫ ਦੇ ਵਿੱਚ ਰਹੇ ਔਰ ਇਹ ਲਗਾਤਾਰ ਇਹਨਾਂ ਨੇ ਪ੍ਰੋਫਟ ਜੀ ਕੋਲੋਂ ਪ੍ਰਾਰਥਨਾ ਕਰਵਾਈ ਤਾਂ ਪਰਮੇਸ਼ਵਰ ਨੇ ਉਸ ਸਾਲਾਂ ਦੇ ਦਰਦ ਤੋਂ ਛੁਟਕਾਰਾ ਦਿੱਤਾ ਔਰ ਬ੍ਰਦਰ ਨੂੰ ਪੱਖੇ ਤੋਂ ਐਲਰਜੀ ਹੋਣ ਲੱਗ ਗਈ ਸੀਗੀ ਕਿ ਜਦੋਂ ਪੱਖਾ ਚੱਲਦਾ ਸੀ ਇਹਨਾਂ ਦੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦੀ ਸੀ ਔਰ ਜਿੱਦਾਂ ਹੀ ਇਹਨਾਂ ਨੇ ਪ੍ਰਾਰਥਨਾ ਕਰਵਾਈ ਆ ਪਰਮੇਸ਼ਵਰ ਨੇ ਉਸ ਬੰਧਨ ਤੋਂ ਇਹਨਾਂ ਨੂੰ ਆਜ਼ਾਦ ਕੀਤਾ ਹੈ, ਬਲੈਸ ਕੀਤਾ ਹੈ। ਇਹਨਾਂ ਨੇ ਜਿੰਨੀ ਸੈਲਰੀ ਕਹੀ ਪਰਮੇਸ਼ਵਰ ਨੇ ਆਪਣੇ ਦਾਸ ਦੇ ਦੁਆਰਾ ਡਿਕਲੇਅਰ ਕੀਤਾ ਕਿ ਤੁਹਾਨੂੰ ਖੁਦਾ ਇੰਨੀ ਸੈਲਰੀ ਦੇ ਨਾਲ ਬਲੈਸ ਕਰੇਗਾ। ਉਸੇ ਤਰ੍ਹਾਂ ਹੋਇਆ, ਪਰਮੇਸ਼ਵਰ ਨੇ ਇਹਨਾਂ ਦੀ ਸੋਚ ਤੋਂ ਵੱਧ ਕੇ ਇਹਨਾਂ ਨੂੰ ਸੈਲਰੀ ਦੇ ਨਾਲ, ਕੰਮ ਦੇ ਨਾਲ ਔਰ ਅੱਛੇ ਡਿਪਾਰਟਮੈਂਟ ਦੇ ਨਾਲ, ਅੱਛੇ ਰੂਮ ਦੇ ਨਾਲ ਇਹਨਾਂ ਨੂੰ ਬਲੈਸ ਕੀਤਾ ਆ। ਬ੍ਰਦਰ ਜੀ ਦੱਸਦੇ ਨੇ ਕਿ ਇਹ ਰੂਮ ਦੇ ਵਿੱਚ ਇਕੱਠੇ ਰਹਿੰਦੇ ਸੀਗੇ ਪਰ ਜਦੋਂ ਇਹ ਜੀਸਸ ਕ੍ਰਾਈਸਟ ਮਿਨਿਸਟਰੀ ਦੇ ਨਾਲ ਜੁੜ ਗਏ ਤਾਂ ਇਹਨਾਂ ਨੂੰ ਜੋ ਸ਼ਰਾਬ ਪੀਣ ਵਾਲੇ ਸੀ, ਲੜਾਈ ਝਗੜੇ ਕਰਨ ਵਾਲੇ ਸੀ, ਗਾਲਾਂ ਕੱਢਣ ਵਾਲੇ ਸੀ, ਉਹਨਾਂ ਤੋਂ ਨਫ਼ਰਤ ਹੋ ਗਈ ਤਾਂ ਇਹਨਾਂ ਨੇ ਪ੍ਰਾਰਥਨਾ ਕਰਾਈ ਕਿ ਪ੍ਰੋਫਟ ਜੀ ਮੇਰੇ ਲਈ ਪ੍ਰਾਰਥਨਾ ਕਰੋ, ਮੈਂ ਸੈਪਰੇਟ ਰੂਮ ਲੈਣਾ ਚਾਹੁੰਦਾ ਹਾਂ ਤਾਂ ਕਿ ਮੈਂ ਸ਼ਾਂਤੀ ਦੇ ਵਿੱਚ ਬੈਠ ਕੇ ਪ੍ਰਾਰਥਨਾ ਕਰ ਸਕਾਂ ਔਰ ਮੀਟਿੰਗ ਜਿਹੜੀ ਉਹ ਅਟੈਂਡ ਕਰ ਸਕਾਂ। ਔਰ ਇਸੇ ਤਰ੍ਹਾਂ ਹੋਇਆ, ਜਦੋਂ ਇਹਨਾਂ ਦੇ ਲਈ ਪ੍ਰਾਰਥਨਾ ਹੋਈ ਤਾਂ ਪਰਮੇਸ਼ਵਰ ਨੇ ਇਹਨਾਂ ਨੂੰ ਪਰਸਨਲ ਰੂਮ ਦਾ ਇੰਤਜ਼ਾਮ ਕਰਕੇ ਦਿੱਤਾ ਔਰ ਇਹ ਸਾਰੀਆਂ ਇਹਨਾਂ ਗਵਾਹੀਆਂ ਦੇ ਲਈ ਪਰਮੇਸ਼ਵਰ ਦਾ ਦਿਲ ਤੋਂ ਧੰਨਵਾਦ ਕਰਦੇ ਨੇ ਕਿ ਜੋ ਜੋ ਪ੍ਰੋਫਟ ਜੀ ਨੇ ਬੋਲਿਆ ਆ ਸੋ ਇਹਨਾਂ ਦੇ ਜੀਵਨ ਦੇ ਵਿੱਚ ਪੂਰਾ ਹੋਇਆ ਆ। ਇਸ ਲਈ ਪਰਮੇਸ਼ਵਰ ਦਾ ਇਹਨਾਂ ਸਾਰੀਆਂ ਭਲਾਈਆਂ ਦੇ ਲਈ, ਬਰਕਤਾਂ ਦੇ ਲਈ ਪਰਮੇਸ਼ਵਰ ਦਾ ਧੰਨਵਾਦ ਕਰਦੇ। ਬੜੇ ਦੁੱਖਾਂ ਵਿੱਚ ਪਰੇਸ਼ਾਨੀਆਂ, ਥੈਂਕ ਯੂ ਸ਼ੂ ਪਾਸਟਰ ਐਲਐਸਸੀ ਕਰਾਵਾ ਤੋਂ। ਹਾਲੇਲੂਇਆ। ਸਭ ਤੋਂ ਪਹਿਲਾਂ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਜਿਹਨੇ ਮੈਨੂੰ ਸਮਾਂ ਦਿੱਤਾ ਔਰ ਆਪਣੇ ਆਏ ਹੋਏ ਦਾਸਾਂ ਨੂੰ, ਪ੍ਰੋਫਟ ਜੀ ਨੂੰ ਜੈ ਮਸੀਹ ਦੀ। ਸੱਚਮੁੱਚ ਉਹ ਕਦੇ ਕਿਸੇ ਦਾ ਉਧਾਰ ਨਹੀਂ ਰੱਖਦਾ, ਕਿਉਂਕਿ ਮੈਂ ਸਿੱਖਿਆ ਜੋ ਮੈਨੂੰ ਆਤਮਾ ਬੋਲੇ ਮੈਂ ਉਹੀ ਬੋਲਦੀ ਹੁੰਦੀ ਹਾਂ, ਕਦੀ ਮੈਂ ਆਪਣੇ ਆਪ ਨਹੀਂ ਆਪਣੇ ਤੋਂ ਕੁਛ ਵੀ ਬੋਲਦੀ, ਕਿਉਂਕਿ ਪਰਮੇਸ਼ਰ ਨੇ ਜੋ ਮੈਨੂੰ ਬਰਕਤਾਂ ਦਿੱਤੀਆਂ, ਜੋ ਮੈਨੂੰ ਆਸ਼ੀਸ਼ ਦਿੱਤੀਆਂ, ਤੁਹਾਨੂੰ ਸਭ ਨੂੰ ਪਤਾ ਕਿ ਮੈਂ ਉਸ ਚੀਜ਼ ਨੂੰ ਅਹਿਮੀਅਤ ਦਿੱਤੀ ਸੀ ਕਿ ਮੈਂ ਆਪਣੀ ਨੌਕਰੀ ਛੱਡ ਕੇ ਅਤੇ ਪਰਮੇਸ਼ਰ ਦਾ ਕੰਮ ਕਰਨਾ ਸੀ, ਕਿਉਂਕਿ ਖੁਦਾ ਦੇ ਦਾਸ ਨੇ ਮੈਨੂੰ ਬੋਲਿਆ ਸੀ ਔਰ ਮੇਰੀ ਬੇਟੀ ਨੇ ਵੀ ਬੋਲਿਆ ਸੀ ਕਿ ਤੇਰਾ ਲੈਵਲ ਜਿਹੜਾ ਉਹ ਛੋਟਾ ਨਹੀਂ ਬਹੁਤ ਵੱਡਾ ਆ, ਕਿਉਂਕਿ ਮੈਂ ਨੌਕਰੀ ਜਿੰਨੇ ਸਾਲ 35 ਸਾਲ ਮੈਂ ਨੌਕਰੀ ਕੀਤੀ ਸੀ ਪਰ ਮੈਂ ਵਫਾਦਾਰੀ ਦੇ ਨਾਲ ਕੀਤੀ ਸੀ, ਮੈਂ ਇੱਕ ਵੀ ਚੀਜ਼ ਆਪਣੇ ਪਰਮੇਸ਼ਰ ਤੋਂ ਹੋ ਕੇ ਅਲੱਗ ਨਹੀਂ ਸੀ ਕੀਤੀ। ਅੱਜ ਲੋਕ ਸੋਚ ਲੈਂਦੇ ਆ ਤੇਰਾ ਇੰਨਾ ਦਸਵੰਧ ਤੂੰ ਦੇਣਾ, ਮੈਨੂੰ ਬਹੁਤਿਆਂ ਨੇ ਕਿਹਾ ਸੀ ਕਹਿੰਦੇ ਤੂੰ ਨੌਕਰੀ ਕਰਦੀ ਆ ਤੇਰਾ ਇੰਨਾ ਦਸਵੰਧ ਜਾਂਦਾ, ਮੈਂ ਕਿਹਾ ਮੈਨੂੰ ਕੋਈ ਪਰਵਾਹ ਨਹੀਂ ਇਹ ਜੀਸਸ ਨੇ ਮੈਨੂੰ ਦਿੱਤਾ।
ਤੇ ਮੈਂ ਜਦੋਂ ਵੀ ਮੈਂ ਆਪਣੀ ਨੌਕਰੀ ਕਰਦੀ ਸੀ ਮੈਂ ਜਿੰਨੇ ਮੇਰੇ ਈਵਨ ਪੈਸੇ ਕਟਾਉਂਦੇ ਸੀ ਮੈਂ ਉਹਦੇ ਵੀ ਦਿੰਦੀ ਸੀ ਕਿਉਂਕਿ ਮੈਂ ਪਰਮੇਸ਼ਰ ਤੋਂ ਕਦੀ ਮੈਂ ਓਲਾ ਨਹੀਂ ਸੀ ਰੱਖਿਆ। ਜਦੋਂ ਮੇਰੀ ਪੈਨਸ਼ਨ ਨਹੀਂ ਲੱਗੀ ਪ੍ਰੋਫਿਟ ਜੀ ਨੂੰ ਪਤਾ ਸਾਡੀ ਕਿੰਨੀ ਦੌੜ ਲੱਗੀ ਸੀ। ਮੈਂ ਕਿਹਾ ਮੈਨੂੰ ਕੋਈ ਨਹੀਂ, ਮੈਨੂੰ ਟੈਨਸ਼ਨ, ਮੇਰੀ ਪੈਨਸ਼ਨ ਮੇਰੇ ਪ੍ਰਭੂ ਨੇ ਲਾਉਣੀ ਆ, ਜਿੱਦਣ ਲਾਉਣੀ ਉੱਦਣ ਮੇਰੀ ਲਾ ਹੀ ਦੇਣੀ ਆ। 13 ਮਹੀਨੇ ਸਾਰੇ ਕਹਿੰਦੇ 2 ਸਾਲ ਪਹਿਲਾਂ ਰਿਟਾਇਰਮੈਂਟ ਲੈ ਲਈ। ਮੈਂ ਕਿਹਾ ਆਪਣੇ ਖੁਦਾ ਨੂੰ ਅਹਿਮੀਅਤ ਦਿੱਤੀ ਸੀ, ਮੈਂ ਉਸ ਚੀਜ਼ ਨੂੰ ਛੱਡ ਕੇ। ਜਦੋਂ ਤੁਸੀਂ ਰਿਟਾਇਰਮੈਂਟ ਲਈ ਤੁਹਾਡੀ ਸੈਲਰੀ ਕਿੰਨੀ ਸੀਗੀ? ਮੇਰੀ ਸੀਗੀ 70,000। ਪ੍ਰੇਸ ਲਾਰਡ, ਜ਼ੋਰ ਨਾਲ ਤਾੜੀ ਕਰਦੇ ਬੰਦੇ। ਯੈਸ ਹਾਲੇਲੂਯਾ। 2 ਸਾਲ ਪਹਿਲਾਂ ਆਪਣੀ ਜੌਬ ਰਿਜ਼ਾਈਨ ਦੇ ਦਿੱਤਾ ਕਿ ਮੈਂ ਖੁਦਾਵੰਦ ਦੇ ਕੰਮ ਨੂੰ ਕਰਨਾ। ਹਾਲੇਲੂਯਾ, ਹਾਲੇਲੂਯਾ, ਕਿਉਂਕਿ ਬਚਪਨ ਤੋਂ ਮੈਂ ਆਪਣੇ ਪੇ ਦਾਦਿਆਂ ਤੋਂ ਆਪਣੇ ਪਰਮੇਸ਼ਰ ਨੂੰ ਮੰਨਦੀ ਆਈ ਸੀ। ਭਰਾ ਪਾਸਟਰ ਸੀ, ਮੇਰੇ ਭਤੀਜੇ ਪਾਸਟਰ ਸੀ, ਖੁਦਾ ਨਾਲ ਕਮਿਟਮੈਂਟ ਹੋਈ ਸੀ। ਜਿੱਦਾਂ ਉਹਨੇ ਉਹਨੂੰ ਆਪਣੇ ਨਬੀ ਨੂੰ ਕਿਹਾ ਸੀਗਾ, ਆਪਣੇ ਜ਼ਿਲਮੀਆਂ ਨੂੰ ਕਿ ਮੈਂ ਤੇਰੀ ਮਾਂ ਦੇ ਪੇਟ ਵਿੱਚ ਤੈਨੂੰ ਚੁਣ ਲਿਆ। ਅਤੇ ਸੱਚੀ ਮੇਰੇ ਪਰਮੇਸ਼ਰ ਨੇ ਮੈਨੂੰ ਬਚਪਨ ਤੋਂ ਮੈਨੂੰ ਚੁਣਿਆ ਸੀ। ਇਸ ਕੰਮ ਕਰਨ ਦੇ ਲਈ ਟਾਈਮ ਬਹੁਤ ਲੱਗਦਾ ਆ। ਅੱਜ ਸਮਾਂ ਪਰਮੇਸ਼ਰ ਨੇ ਮੈਨੂੰ 46 ਸਾਲ ਬਾਅਦ ਮੇਰੇ ਪ੍ਰਭੂ ਨੇ ਮੈਨੂੰ ਆਪਣੇ ਸੇਵਾ ਦੇ ਲਈ ਪਾਸਟਰ ਚੁਣਿਆ। ਅਤੇ ਮੈਂ ਖੁਦਾ ਦੇ ਦਾਸ ਦਾ ਵੀ ਧੰਨਵਾਦ ਕਰਦੀ ਹਾਂ ਜਿਹਨੇ ਮੈਨੂੰ ਇਸ ਲਾਇਕ ਸਮਝਿਆ ਕਿ ਮੈਂ ਪ੍ਰਭੂ ਦੀ ਸੇਵਾ ਕਰ ਸਕਾਂ, ਕਿਉਂਕਿ ਪ੍ਰਭੂ ਬਹੁਤ ਮਹਾਨ ਆ ਔਰ ਜ਼ਿੰਦਾ ਹੈ ਮੇਰਾ ਪਰਮੇਸ਼ਰ। ਅਤੇ ਦੂਜੀ ਗਵਾਹੀ ਮੇਰੀ ਇਹ ਆ ਕਿ ਸਨੀ ਇੱਕ ਦਿਨ ਜ਼ਿਆਦਾ ਢਿੱਲਾ ਹੋ ਗਿਆ, ਸੰਡੇ ਦਾ ਦਿਨ ਸੀ, ਕਹਿੰਦਾ ਮੇਰੀ ਟੀਚਰ ਬੜੀ ਸਖਤ ਆ। ਮੈਂ ਕਿਹਾ ਤੈਨੂੰ ਸੰਡੇ ਮੈਂ ਕਿਹਾ ਸੀ ਨਹੀਂ ਜਾਣਾ ਅਤੇ ਨਹੀਂ ਜਾਣਾ, ਤੂੰ ਚਲੇ ਗਿਆ। ਜਦੋਂ ਸ਼ਾਮ ਨੂੰ ਵਾਪਸ ਆਇਆ ਕਹਿੰਦਾ ਮੰਮੀ ਮੇਰਾ ਸਾਹ ਦੀ ਪ੍ਰੋਬਲਮ ਹੋ ਗਈ, ਮੈਂ ਡਾਕਟਰ ਕੋਲ ਜਾਣਾ। ਮੈਂ ਕਿਹਾ ਤੂੰ ਕਦੀ ਇਹ ਵੀ ਕਿਹਾ ਕਰੋ ਕਿ ਇਹ ਬਿਮਾਰੀ ਮੇਰੇ ਲਈ ਨਹੀਂ ਬਣੀ, ਇਹ ਬਿਮਾਰੀ ਜਿਹੜੀ ਜੀਜਸ ਮੇਰੇ ਨਾਲ ਨਹੀਂ ਹੈਗੀ। ਉਦੋਂ ਮੈਂ ਪ੍ਰੋਫਿਟ ਜੀ ਨੂੰ ਫੋਨ ਲਾਇਆ, ਕਹਿੰਦੇ ਘਬਰਾਉਣਾ ਨਹੀਂ ਗਾ, ਇਹਨੂੰ ਕਹਾਂ ਡਾਕਟਰ ਦੇ ਕੋਲ ਚਲ ਜਾ, ਸਾਰਾ ਕੁਛ ਨੋਰਮਲ ਆਊਗਾ। ਮੈਂ ਵੀ ਉਦੋਂ ਪ੍ਰੇਅਰ 'ਚ ਬਹਿ ਗਈ, ਮੈਂ ਕਿਹਾ ਪ੍ਰਭੂ ਉਸ ਡਾਕਟਰ ਨੂੰ ਮੈਂ ਤੇਰੇ ਲਹੂ 'ਚ ਕਵਰ ਕਰਦੀ, ਜਦੋਂ ਜਾਏ ਇਹ ਉਦਾਂ ਹੀ ਵਾਪਸ ਆਏ ਵੀ ਡਾਕਟਰ ਕਹੇ ਤੂੰ ਬਿਲਕੁਲ ਨੋਰਮਲ ਆ, ਘਰ ਨੂੰ ਚਲਾ ਜਾ। ਉਦਾਂ ਹੀ ਹੋਈ ਜਿੱਦਾਂ ਪ੍ਰੋਫਿਟ ਜੀ ਨੇ ਕਿਹਾ ਸੀ। ਸੱਚੀ ਪਰਮੇਸ਼ਰ ਮਾਈਟੀ ਗੋਡ ਆ, ਜਿੰਨੇ ਲੋਕ ਮੇਰੀ ਗਵਾਹੀ ਸੁਣਦੇ ਆ, ਸੱਚੀ ਦੇ ਤੁਸੀਂ ਪਰਮੇਸ਼ਰ ਨੂੰ ਦਿਲ ਤੋਂ ਧਿਆਉਂਦੇ ਆ ਨਾ, ਜੇ ਉਹਦੇ ਨਾਲ ਵਫਾਦਾਰੀ ਦੇ ਨਾਲ ਚੱਲਦੇ ਤਾਂ ਪ੍ਰਭੂ ਕਦੇ ਰਹਿਣ ਨਹੀਂ ਦਿੰਦਾ। ਬੇਟਾ ਮੇਰਾ ਬਿਲਕੁਲ ਐਕਸਰਾ ਕਰਿਆ, ਡਾਕਟਰ ਨੇ ਕਿਹਾ ਚਲੇ ਜਾ, ਘਰ ਨੂੰ ਤੂੰ ਠੀਕ ਠਾਕ ਆ। ਅੱਜ ਸਾਡੀ ਦੌੜ ਪੈਸਿਆਂ ਦੀ ਲੱਗੀ, ਕਦੀ ਕਿਸੇ ਨੇ ਸਵਰਗ ਰਾਜ ਦੇ ਲਈ ਨਹੀਂ ਨਾ ਸੋਚਿਆ ਵੀ ਆਪਾਂ ਸਵਰਗ ਦੇ ਵਿੱਚ ਜਾਣਾ, ਪ੍ਰਭੂ ਦੇ ਲਈ ਵੀ ਸੇਵਾ ਕਰਨੀ, ਪਰਮੇਸ਼ਰ ਦੇ ਨਾਂ ਦੇ ਲਈ ਵੀ ਸੇਵਾ ਕਰਨੀ ਆ। ਅੱਜ ਅਸੀਂ ਕਹਿੰਦੇ ਪ੍ਰਭੂ ਸਾਡੇ ਕੰਮ ਹੋ ਜਾਣ, ਪਰਮੇਸ਼ਰ ਨੇ ਕਮਿਟਮੈਂਟ ਬੰਨ ਲੈਂਦੇ ਆ ਤਾਂ ਮੁੜ ਕੇ ਪਰਮੇਸ਼ਰ ਤੋਂ ਜਦੋਂ ਦੂਰ ਹੁੰਦੇ ਨਾ ਫਿਰ ਪ੍ਰੋਫਿਟ ਜੀ ਸਾਡੇ ਕੰਮ ਰੁਕ ਗਏ ਆ। ਕਿਉਂ ਰੁਕ ਗਏ ਆ? ਆਪਾਂ ਇੱਥੇ ਖੁਦਾ ਦੇ ਘਰ 'ਚ ਵਾਅਦੇ ਕਰ ਲੈਂਦੇ ਕਿ ਪ੍ਰਭੂ ਮੈਂ ਤੇਰੇ ਘਰ ਦੀ ਇੰਨਾ ਬੀਜ ਬੀਜਣਾ, ਨਹੀਂ ਬੀਜਦੇ। ਬੇਸ਼ੱਕ ਮੇਰੀ ਗੱਲ ਕਿਸੇ ਨੂੰ ਬੁਰੀ ਲੱਗੇ ਪਰ ਮੈਂ ਖੁਦਾ ਦੀ ਦਾਸੀ ਹੁੰਦੀ ਹੈ, ਜੋ ਮੈਨੂੰ ਪਰਮੇਸ਼ਰ ਕਹੇਗਾ ਮੈਂ ਬੋਲਾਂਗੀ। ਜਦੋਂ ਪਰਮੇਸ਼ਰ ਨੇ ਕਮਿਟਮੈਂਟ ਕਰ ਲੈਂਦੇ ਆ ਨਾ, ਉਹਦੇ ਦੇਣ ਤੋਂ ਕਦੀ ਇਨਕਾਰ ਨਾ ਕਰੋ। ਖੁਦਾ ਦੇ ਘਰ ਲਈ ਅੱਜ ਬੀਜ ਬੀਜੋਗੇ ਤਾਂ ਪਰਮੇਸ਼ਰ ਦੇ ਨਾਂ ਦੀ ਛੱਤ ਜਿਹੜੀ ਆ ਉਹ ਕਦੇ ਰੁਕਣੀ ਨਹੀਂਗੀ, ਉਹ ਪੈਣ ਤੋਂ ਕਦੀ ਪ੍ਰਭੂ ਉਹਨੂੰ ਮਨਾ ਨਹੀਂ ਕਰ ਸਕਦਾ। ਜੇ ਸਾਰੇ ਜਣੇ ਆਪਾਂ ਚੱਲੀਏ ਵੀ ਆਪਾਂ ਉਹਦੀ ਛੱਤ ਪਾਉਣੀ ਆ ਬੜੇ ਦਿਨ ਤੋਂ ਪਹਿਲਾਂ, ਤਾਂ ਪ੍ਰਭੂ ਉਹ ਛੱਤ ਨੂੰ ਜ਼ਰੂਰ ਪਾਏਗਾ। ਸਾਰੇ ਜਣੇ ਮਿਹਨਤ ਕਰੋ ਪ੍ਰਭੂ ਦੇ ਲਈ, ਤਾਂ ਪ੍ਰਭੂ ਤੁਹਾਡੇ ਕੰਮਾਂ ਨੂੰ ਹੋਰ ਫਲਵੰਤ ਕਰੇਗਾ। ਸਭ ਨੂੰ ਛੇਮਸੀ ਦੀ ਹਾਲੇਲੂਯਾ, ਹਾਲੇਲੂਯਾ, ਹਾਲੇਲੂਯਾ। ਜੋ ਜ਼ੋਰਦਾਰ ਤਾੜੀਆਂ ਦੇ ਨਾਲ ਇਹਨਾਂ ਸਾਰੀਆਂ ਗਵਾਹੀਆਂ ਦੇ ਲਈ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰਾਂਗੇ ਜ਼ੋਰਦਾਰ ਤਾੜੀਆਂ ਦੇ ਨਾਲ।